ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਕੋਈ ਨਵੀਂ ਵੀਡੀਓ ਦੇ ਵਿੱਚ। ਅਤੇ ਜਿਵੇਂ ਤੁਸੀਂ ਦੇਖਿਆ, ਆਪਾਂ ਕਣਕ ਬੀਜਤੀ ਹੈ 2 ਕਿੱਲੇ। ਮੈਂ ਪਿੱਛੇ ਵੀਡੀਓ ਪਾਈ ਤੀ, ਤੁਸੀਂ ਦੇਖ ਲਓ ਚਾਹੇ। ਉਹ ਕਣਕ ਬੀਜਤੀ ਆਪਾਂ ਜਿਹੜੇ 2 ਕਿੱਲੇ, ਉਹਦੇ ਫਿਰ ਹੁਣ ਸਪਰੇਅ ਕਰਨੀ ਆਪਾਂ, ਜਿਹੜੀ ਨਾਲੇ ਹੁੰਦੀ ਹੈ। ਅਤੇ ਉਹ ਤੁਸੀਂ ਦੇਖਿਆ ਹੋਣਾ ਜਿਹੜਾ ਸਪਰੇਅ ਕਰਦਾ ਹੁੰਦਾ ਖੇਤਾਂ 'ਚ, ਟਰੈਕਟਰ ਵਰਗਾ ਹੁੰਦਾ, ਮਸ਼ੀਨ ਜੀ ਹੁੰਦੀ ਹੈ ਇੱਕ, ਉਹ ਖਾਸੀ ਤੇਜ਼ ਮਤਲਬ ਕਰ ਦਿੰਦਾ ਸਪਰੇਅ। ਉਹਦੇ ਜਿਹੜੇ ਆਲੇ ਦੁਆਲੇ ਸਪਰੇਅ ਕਰਨ ਵਾਲੇ ਹੁੰਦੇ ਆ, ਉਹ ਬਹੁਤ ਲੰਬੇ ਹੁੰਦੇ ਆ, ਉਹਨਾਂ ਕਰਾਉਣੀ ਆਪਾਂ ਸਪਰੇਅ ਇੱਧਰ 'ਤੇ ਲੈ ਕੇ ਆਇਆ ਵਾ ਜਿਹੜੀ ਸਪਰੇਅ ਕਰਨੀ ਆ। ਅਤੇ ਹੁਣ ਕਿਸੇ ਹੋਰ ਦੇ ਘਰ ਇਹ ਉੱਧਰ ਸਾਹਮਣੇ ਚੱਲਦਾ, ਤੁਹਾਨੂੰ ਦਿਖਾਉਂਦਾ ਹੁਣ ਮੈਂ। ਉਹ ਦੇਖੋ ਸਾਹਮਣੇ, ਇਹਦੀ ਗੱਲ ਕਰ ਰਿਹਾ ਮੈਂ। ਇਹਨੂੰ ਹੁਣ ਮੈਂ ਲੈ ਕੇ ਜਾਊਂਗਾ ਆਪਣੇ ਖੇਤਾਂ ਵੱਲ, ਰਸਤਾ ਕਿਉਂਕਿ ਪਤਾ ਨਹੀਂ ਹੈਗਾ ਨਾ। ਫਿਰ ਆਪਣੀ ਸਪਰੇਅ ਇਹ ਇੱਕ ਵਾਰ 'ਚ ਪੈਣੀ, 2 ਕਿੱਲਾਂ ਕਰਨੀਆਂ, ਸਾਰੀ ਸਪਰੇਅ ਇੱਕ ਵਾਰ 'ਚ ਪੈ ਜਾਣੀ। ਅਤੇ ਇਹਦੇ ਬਾਅਦ ਤੁਹਾਨੂੰ ਮੈਂ ਹੋਰ ਦਿਖਾ ਦੂੰਗਾ ਨਾਲੇ ਜਦ ਵੀ। ਅਤੇ ਆ ਜੀ, ਮੈਨੂੰ ਪਤਾ ਲੱਗਿਆ ਵੀ ਇਹ ਜਿਹੜੀ ਟੈਂਕੀ ਹੁੰਦੀ ਹੈ ਪਾਣੀ ਵਾਲੀ, ਜਿਹੜੇ ਪਾਣੀ ਭਰਨੀ, ਸਪਰੇਅ ਭਰਨੀ, ਉਹ 'ਚ ਉਹ 400 ਲੀਟਰ ਇੱਕ ਵਾਰ 'ਚ ਲੈ ਜਾਂਦਾ ਉਹ ਪਾਣੀ। ਫਿਰ ਇਕੱਠੀ ਮਤਲਬ 2 ਕਿੱਲਿਆਂ ਦੀ ਇੱਕ ਵਾਰ 'ਚ ਹੋ ਜਾਣੀ, ਵਾਰ ਵਾਰ ਭਰਨਾ ਨਹੀਂ ਪੈਣਾ ਹੈਗਾ। ਉਹ ਚੱਲਦਾ ਸਾਹਮਣੇ, ਥੋੜ੍ਹਾ ਰਹਿ ਗਿਆ ਉੱਧਰ, ਹੁਣ ਆ ਗਿਆ ਆਪਣੇ ਖੇਤਾਂ 'ਚ, ਉਦੋਂ ਸਾਹਮਣੇ ਆ ਰਹੀ ਆ। ਅਤੇ ਇੱਧਰ ਆਪਣਾ ਪਾਣੀ ਭਰਿਆ ਵਾ, ਅਤੇ ਇੱਧਰ ਜਿਹੜੀ ਦਵਾਈ ਲਿਆਂਦੀ ਉਹ, ਅਤੇ ਹੁਣ ਇੱਕ ਵਾਰ 'ਚ ਇਹ 'ਚ ਪਾ ਦੇਣੀ ਸਾਰੀ 2 ਕਿੱਲਿਆਂ ਦੀ। ਅਤੇ ਬਾਕੀ ਫਿਰ ਤੁਹਾਨੂੰ ਦਿਖਾਉਂਦਾ ਆਪਣੀ ਹੈ ਕਿ ਉੱਧਰ ਜਿਹੜੇ ਬੀਜੇ ਵੇ ਆਪਾਂ। ਹਾਂਜੀ, ਆਪਣੇ ਖੇਤ 'ਚ ਆ ਗਈ ਮਸ਼ੀਨ, ਅਤੇ ਇੱਧਰ ਬੀਜੀ ਵੇ ਕਣਕੇ 2 ਕਿੱਲਿਆਂ 'ਚ। ਅਤੇ ਉਹ ਜਿਹੜੇ ਇਹਦੇ ਇਹ ਆਲੇ ਦੁਆਲੇ ਹੁੰਦੇ ਆ, ਮਤਲਬ ਸਕੰਜੇ ਜਾਂ ਆਲੇ ਦੁਆਲੇ ਖੁੱਲ੍ਹ ਰਹੇ ਆ ਹੁਣ, ਐਨਾ 'ਚੋਂ ਇਹ ਨਿਕਲਦੀ ਹੈ ਸਪਰੇਅ। ਹੁਣ ਤੁਸੀਂ ਅੱਗੇ ਦੇਖਿਓ ਵੀਡੀਓ 'ਚ, ਅਤੇ ਸਾਰਿਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਹੁਣ ਦਵਾਈ ਸਾਰਾ ਕੁਝ ਭਰ ਲਿਆ 'ਚ, ਲਓ ਬਈ ਲੱਗ ਗਿਆ ਆਪਣੇ ਸਪਰੇਅ ਕਰਨ। ਅਤੇ ਦੇਖੋ ਕਿੰਨਾ ਚੌੜਾ ਚੱਲਦਾ ਇਹ, ਇੱਕ ਪਾਸੇ ਕਿੰਨਾ ਚੌੜਾ, ਅਤੇ ਦੂਜੇ ਪਾਸੇ ਵੀ ਹੁੰਦਾ ਹੈ। ਅਤੇ ਨਾਲ ਗਿੱਲੀ ਦੇਖੋ, ਪੂਰੀ ਗਿੱਲੀ ਕਰਦਾ ਜਾਂਦਾ ਇੱਥੇ ਮਾਰੀ ਦੀ, ਅਤੇ ਥੱਲੇ ਪਤਾ ਲੱਗਦਾ ਹੈ ਜਿੰਨੀ ਫਾਂਟ ਗਈ ਗਿੱਲੀ ਹੋ ਗਈ ਥੱਲੇ ਮਿੱਟੀ। ਅਤੇ ਇਹਨਾਂ ਦੇਖ ਲਓ ਟਾਈਮ ਦੀ ਵੀ ਕਿੰਨੀ ਜ਼ਿਆਦਾ ਬੱਚਤ ਹੁੰਦੀ ਆ। ਜਿਹੜੇ ਉਹਨਾਂ ਕਰਦੇ ਹੱਥਾਂ ਨਾਲ ਪੰਪ ਜਿਹੜੇ ਹੁੰਦੇ ਆ, ਉਹਨਾਂ ਨਾਲ ਔਖਾ ਹੀ ਕਰਨੀ, ਬਹੁਤ ਟਾਈਮ ਲੱਗਦਾ। ਅਤੇ ਦੇਖ ਲਓ ਹੁਣ ਨਵੀਂ ਟੈਕਨੋਲੋਜੀ ਆ ਗਈ, ਉਹਨਾਂ ਕਿੰਨਾ ਛੇਤੀ ਹੋਣ ਲੱਗ ਗਏ ਹੁਣ ਕੰਮ, ਨਹੀਂ ਇਹਨੂੰ ਕਰਦੇ ਨੂੰ ਬਹੁਤ ਟਾਈਮ ਲੱਗ ਜਾਣਾ ਤਾਂ ਜੇ ਬੰਦਿਆਂ ਨਾਲ ਕਰਾਉਂਦੇ, ਮਤਲਬ ਜਿਹੜੇ ਪੰਪ ਹੁੰਦੇ ਆਪਣੇ। ਇਹ ਹੁਣ ਇੱਕ ਵਾਰ 'ਚ ਇੰਨੀ ਫਾਂਟ ਲੈ ਗਿਆ, ਅਤੇ ਇੱਧਰ ਇਹ 2-3 ਗੇੜਿਆਂ 'ਚ ਇਹਨੇ ਕਰ ਦੇਣਾ, ਇਹ ਕਿੱਲੇ ਥੋੜ੍ਹੀ ਜ਼ਿਆਦਾ ਜਗ੍ਹਾ ਹੈ। ਦੇਖੋ ਇੱਦਾਂ ਪਹਿਲਾਂ ਬਾਹਰ ਦੇਖੀ ਹੋਇਆ, ਜਿਵੇਂ ਵੀਡੀਓ ਦੇਖਦੇ ਕਰਦੇ ਹੁੰਦੇ ਸਪਰੇਅ ਬਾਹਰ, ਕਿ ਹੁਣ ਇੱਧਰ ਵੀ ਸਿਸਟਮ ਹੋ ਗਏ ਸਾਰੇ, ਅਤੇ ਸਪਰੇਅ ਵੀ ਵਧੀਆ ਕਰਦੇ, ਗਿੱਲਾ ਕਰਦਾ, ਮੈਂ ਤੁਹਾਨੂੰ ਦਿਖਾਇਆ ਪਹਿਲਾਂ ਵੀ ਹੁਣ। ਅਤੇ ਇਹਦੇ ਵਾਸਤੇ ਜਿਹੜੀ ਸਪਰੇਅ ਕਰਨੀ ਹੁੰਦੀ ਕਣਕ ਬੀਜਣ ਤੋਂ ਜਦੇ ਬਾਅਦ, ਅਸੀਂ ਕੱਲ੍ਹ ਕਣਕ ਬੀਜੀ ਅਤੇ ਅੱਜ ਸਪਰੇਅ ਕਰਨ ਲੱਗ ਗਏ। ਇਹਦੇ ਵਾਸਤੇ ਜਿਹੜੀ ਇਹ ਮਤਲਬ ਆਪਣੀ ਧਰਤੀ, ਇਹ 80% ਮਿੱਟੀ ਹੋਣੀ ਚਾਹੀਦੀ ਹੈ, ਇਹਦੇ ਪਰਾਲੀ ਘੱਟ ਹੋਣੀ ਚਾਹੀਦੀ ਬਹੁਤ, ਜੇ ਹੁਣ ਇਹ 'ਚ ਪਰਾਲੀ ਕਿਤੇ ਕਿਤੇ ਆ, ਇਹ ਠੀਕ ਹੈ। ਜੇ ਜ਼ਿਆਦਾ ਪਰਾਲੀ ਹੋਊਗੀ ਫਿਰ ਉਹਦੇ ਪਰ ਇਹਦਾ ਫਾਇਦਾ ਨਹੀਂ ਕਰਨ ਦਾ, ਇੱਦਾਂ ਸਾਫ਼ ਹੋਣੇ ਚਾਹੀਦੇ ਖੇਤ, ਤਾਂ ਇਹ ਸਪਰੇਅ ਹੁੰਦੀ ਹੈ। ਫਿਰ ਹਾਂਜੀ, ਇੱਧਰ ਹੋ ਗਈ ਹੁਣ ਸਪਰੇਅ, ਦੇਖ ਲਓ ਬਸ 2 ਗੇੜੇ ਗਏ ਆ, 2 ਗੇੜੇ ਆਏ ਆ, ਇਹ ਨਾਲੇ ਕੀਲੇ ਦੇ ਜ਼ਿਆਦਾ ਤਾਂ, ਅਤੇ ਇੱਧਰ ਤਾਂ ਹੈ ਵੀ ਘੱਟ ਆ, ਬਹੁਤ ਘੱਟ ਟਾਈਮ ਲਾਉਂਦੀ ਆ। ਦੇਖੋ ਕਿੰਨੀ ਛੇਤੀ ਕਰਦੀ ਆ, ਅਤੇ ਸਪਰੇਅ ਵੀ ਪੂਰੀ ਵਧੀਆ ਕਰੀ, ਦੇਖੋ ਪੂਰੇ ਥੱਲੇ ਪਤਾ ਲੱਗਦਾ ਥੱਲੇ ਗਿੱਲੇ ਹੋ ਗਏ। ਦੇਖੋ ਚਲਾ ਤਾ ਇਹ ਆਪਣੇ ਹਿਸਾਬ ਨਾਲ, ਜਿਹੜੇ ਇਹਦੇ ਆਲੇ ਦੁਆਲੇ ਬਾਹਾਂ ਜੀ, ਇਹਨੂੰ ਘੱਟ ਵੱਧ ਕਰ ਲੈਂਦੇ ਆ, ਵੀ ਥੋੜ੍ਹੀ ਘੱਟ ਖੋਲਣੀ ਆ, ਵੱਧ ਕਰਨੀ। ਦੇਖੋ ਪਰ ਇਹ ਜਿਹੜੀ ਆਪਾਂ ਸਪਰੇਅ ਕਰਾਉਂਦੇ ਆ, ਇਹਦੇ ਕਿਹੇ ਆ ਵੀ ਇਹ 'ਚ ਆਪਾਂ ਉਹੀ ਸਪਰੇਅ ਕਰ ਸਕਦੇ ਜਿਹੜੀ ਇਹਨਾਂ ਦੱਸੀ ਵੀ ਆ, ਜਿਹੜੀ ਕੰਪਨੀ ਦੀ ਮਸ਼ੀਨ ਆ ਉਹੀ ਕੰਪਨੀ ਦੀ ਸਪਰੇਅ ਵੀ ਆਈ ਵੀ ਹੈ, ਦਵਾਈ ਆਪਾਂ ਉਹੀ ਕਰਨੀ ਹੁੰਦੀ ਆ, ਹੋਰ ਨਹੀਂ ਇਹ 'ਚ ਪਾ ਕੇ ਕਰ ਸਕਦੇ ਹੈਗੇ। ਅਤੇ ਮਿਲਦੀ ਵੀ ਉੱਥੇ ਤੋਂ ਜਿੱਥੇ ਇਹਨਾਂ ਨੇ ਮਤਲਬ ਇਹ ਖੜਾ ਹੁੰਦਾ ਇਹਨਾਂ ਜਿਹੜੀ ਉਹਨਾਂ ਕੋਲ ਹੁੰਦੀ ਦਵਾਈਆਂ ਵਾਲਿਆਂ ਕੋਲ, ਉਹੀ ਉਹ ਦਵਾਈ ਦਿੰਦੇ ਅਤੇ ਨਾਲ ਇਹੀ ਕਰਦਾ ਸਪਰੇਅ। ਫਿਰ ਇਹ 'ਚ ਮਤਲਬ ਆਪਾਂ ਹੋਰ ਨਹੀਂ ਕਰ ਸਕਦੇ ਕੋਈ ਵੀ, ਇਹ ਆਪਣੀ ਗੁੱਲੀ ਡੰਡੇ ਦੇ ਹੋਊਗੀ ਜਿਹੜੀ ਕਣਕ ਦੇ ਬੀਜਣ ਦੇ ਬਾਅਦ ਕਰਦੇ ਆ, ਅਤੇ ਥੋੜ੍ਹੀ ਬਹੁਤ ਨਿਊਜ਼ਲਾ ਚੈੱਕ ਕਰਦੇ ਕਿਤੇ ਕੋਈ ਫਸ ਜਾਂਦੀ ਕੁਛ ਵਿੱਚ। ਹਾਂਜੀ, ਆਪਣੀ ਸਪਰੇਅ ਹੋ ਗਈ 2 ਕਿੱਲਿਆਂ ਪਰ, ਅਤੇ ਉਹ ਇੱਧਰ ਹੁਣ ਪੈਸੇ ਦਊਂਗੇ, ਅਤੇ ਇਹਦਾ ਕਿਰਾਇਆ ਵੀ ਬਹੁਤਾ ਜ਼ਿਆਦਾ ਨਹੀਂ ਹੈਗਾ,
200 रुपये किले का किराया था। तो हूँ आप चक दिया समान सारा, तो बहुत ज़्यादा घट टाइम लाया, जे बंद ने कराते तो दुगना टाइम, दुगना तिगना टाइम लगना था। हूँ बहुत घट टाइम से हो गई, तो ना जी दवाई है जी आप स्प्रे करते शाम को करनी ज़्यादा वधिया, जिमें हूँ अपनी हुई है शाम को फिर हूँ जिमें असर वधिया करती है, मतलब कहने का मतलब मेरा। तो बाकी चलो ठीक है जी, हूँ करते वीडियो ने एंड, वीडियो लाइक तो चैनल सबसक्राइब सारे जन कर लियो, तो धन्यवाद थोड़ा सारे वीडियो देखने लिए, वीडियो वधिया लगी हो तो लाइक जरूर कर दियो।